ਬਠਿੰਡਾ ਤੋਂ ਇੱਕ ਸਰਦਾਰਾਂ ਦਾ ਟੋਲਾ ਸਿੰਗਾਪੁਰ ਜਾ ਰਿਹਾ ਹੈ ਔਰ ਖਾਸ ਗੱਲ ਇਹ ਹੈ ਕਿ ਨੌਜਵਾਨ ਬੁਲਟ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਇਹ ਸਾਰਾ ਸਫ਼ਰ ਤੈਅ ਕਰ ਰਹੇ ਕੀ ਇਹਨਾਂ ਨੌਜਵਾਨਾਂ ਦਾ ਮਕਸਦ ਹੈ ਔਰ ਕੀ ਸੁਨੇਹਾ ਲੈ ਕੇ ਨੌਜਵਾਨ ਸਿੰਗਾਪੁਰ ਜਾ ਰਹੇ ਨੇ ਤੁਸੀਂ ਵੀ ਸੁਣੋ ਪੰਜਾਬੀ ਐਡਵੈਂਚਰ ਗਰੁੱਪ ਵੱਲੋਂ ਅੱਜ ਬਠਿੰਡਾ ਤੋਂ ਸਿੰਗਾਪੁਰ ਦੇ ਲਈ ਯਾਤਰਾ ਕੱਢੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਾਈਕ 'ਤੇ ਜਿਹੜੇ ਗਰੁੱਪ ਵਾਲੇ ਨੌਜਵਾਨ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਕੁਝ ਇਸ ਯਾਤਰਾ ਦੇ ਵਿੱਚ ਹੋਵੇਗਾ ਭਾਅ ਜੀ ਕੀ ਕੁਝ ਖਾਸ ਰਹੇਗਾ ਪੰਜਾਬੀ ਐਡਵੈਂਚਰ ਦੇ ਵੱਲੋਂ 36 ਦਿਨ ਦੀ ਯਾਤਰਾ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅਸੀਂ ਇਹ ਜੋ ਟੂਰ ਹੈ ਸਮਰਪਿਤ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਔਰ ਇਸ ਯਾਤਰਾ ਦੇ ਦੌਰਾਨ ਅਸੀਂ ਲੋਕਾਂ ਨੂੰ ਵਾਤਾਵਰਨ ਦੇ ਪ੍ਰਤੀ ਜਾਗਰੂਕ ਕਰਾਂਗੇ ਕਿਉਂਕਿ ਕਲਾਈਮੇਟ ਚੇਂਜ ਦੇ ਨਾਲ ਕਾਫੀ ਜੋ ਨੁਕਸਾਨ ਹੈ ਉਹ ਹੋਣਾ ਸ਼ੁਰੂ ਹੋ ਗਿਆ ਇਹ ਇੰਡੀਕੇਸ਼ਨ ਨੇ ਜੋ ਵਾਤਾਵਰਨ ਦੇ ਵਿੱਚ ਬਦਲਾਅ ਦੇ ਤਾਂ ਸਾਨੂੰ ਜਿਹੜਾ ਹੈਗਾ ਹੁਣੇ ਤੋਂ ਹੀ ਜਾਗਰੂਕ ਹੋਣਾ ਪਵੇਗਾ ਇਹ ਸੁਨੇਹਾ ਹੀ ਅਸੀਂ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਲੈ ਕੇ ਚੱਲੇ ਹਾਂ ਸਿੰਗਾਪੁਰ ਸਾਡੇ ਨਾਲੋਂ ਵਾਤਾਵਰਨ ਦੇ ਵਿੱਚ ਜ਼ਿਆਦਾ ਜਾਗਰੂਕ ਹੈ ਉੱਥੋਂ ਅਸੀਂ ਜਿਹੜਾ ਹੈਗਾ ਮੈਸੇਜ ਲੈ ਕੇ ਵੀ ਆਵਾਂਗੇ ਕਿ ਆਪਾਂ ਉਹਨਾਂ ਨੇ ਕਿਸ ਤਰ੍ਹਾਂ ਮੈਨੇਜ ਕੀਤਾ ਹੈ ਅਤੇ ਉਹ ਆ ਕੇ ਆਪਾਂ ਮੈਸੇਜ ਪੰਜਾਬ ਸਰਕਾਰ ਨੂੰ ਵੀ ਦੇਵਾਂਗੇ ਕਿ ਆਪਾਂ ਜਿਹੜਾ ਹੈਗਾ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਕਿੱਦਾਂ ਬਚਾ ਸਕਾਂਗੇ ਸਰ ਕਿਸ ਤਰ੍ਹਾਂ ਦੇ ਹੋਰ ਬੰਦੋਬਸਤ ਕੀਤੇ ਗਏ ਨੇ ਕਿਉਂਕਿ ਯਾਤਰਾ ਬਹੁਤ ਲੰਮੀ ਹੈ ਹੈ ਨਾ ਬਾਈਕ 'ਤੇ ਤੁਸੀਂ ਕਰੋਗੇ ਠੰਡ ਵੀ ਹੈ ਹੋਰ ਕਿਸ ਤਰ੍ਹਾਂ ਦੇ ਅਰੇਂਜਮੈਂਟ ਅਰੇਂਜਮੈਂਟ ਸਾਨੂੰ ਜਿਹੜੇ ਹੈਗੇ ਨੇ ਉਹ 4 ਮਹੀਨੇ ਹੋ ਗਏ ਅਰੇਂਜਮੈਂਟਸ ਕਰਦਿਆਂ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੇ ਹੈਗੇ ਨੇ ਉਹ ਮੋਟਰਸਾਈਕਲਾਂ ਦੀ ਪਰਮਿਸ਼ਨ ਜੋ ਹੈਗੀ ਆ ਜੋ ਕਿਸੇ ਵੀ ਕੰਟਰੀ ਦੇ ਵਿੱਚ ਐਂਟਰ ਕਰਨਾ ਹੈ ਤਾਂ ਉਹਨਾਂ ਦੀ ਵਿਸ਼ੇਸ਼ ਪਰਮਿਸ਼ਨ ਲੈਣੀ ਪੈਂਦੀ ਹੈ ਉਸਨੂੰ ਕਾਰਨੈਟ ਕਹਿੰਦੇ ਅਸੀਂ ਕਾਰਨੈਟ ਲਏ ਹੈਗੇ ਨੇ ਉਸ ਤੋਂ ਬਾਅਦ ਜਿਹੜੇ ਹੈਗੇ ਸਾਰੇ ਦੇਸ਼ਾਂ ਦੇ ਸਿੰਗਾਪੁਰ ਥਾਈਲੈਂਡ ਮਲੇਸ਼ੀਆ ਔਰ ਮਿਆਂਮਾਰ ਇਹਨਾਂ 4 ਦੇਸ਼ਾਂ ਦੇ ਅਸੀਂ ਵੀਜ਼ਾ ਲਏ ਹੈਗੇ ਨੇ ਤਾਂ ਮੇਨ ਇਹ ਨੇ ਬਾਕੀ ਉਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਜੋ 36 ਦਿਨਾਂ ਦੇ ਵਿੱਚ ਲੋੜੀਂਦਾ ਸਾਰਾ ਸਮਾਨ ਟੈਂਟ ਅਸੀਂ ਨਾਲ ਲੈ ਕੇ ਚੱਲੇ ਹਾਂ ਟੈਂਟਿੰਗ ਕਰਾਂਗੇ ਅਸੀਂ ਉੱਥੇ ਟੈਂਟ ਦੇ ਵਿੱਚ ਰਹਾਂਗੇ ਇਸ ਤੋਂ ਇਲਾਵਾ ਜੋ ਸਲੀਪਿੰਗ ਬੈਗ ਹੈ ਟੋਟਲ ਜੋ ਰਹਿਣ ਦਾ ਖਾਣ ਪੀਣ ਦਾ ਪ੍ਰਬੰਧ ਅਸੀਂ ਆਪਣੇ ਨਾਲ ਕਰਕੇ ਚੱਲੇ ਹੈਗੇ ਮੈਸੇਜ ਕੀ ਕਨਵੇ ਕੀਤਾ ਜਾਵੇਗਾ ਇਸ ਯਾਤਰਾ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਵਾਤਾਵਰਨ ਦੇ ਪ੍ਰਤੀ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈਗਾ ਪੰਜਾਬ ਦੇ ਹਾਲਾਤ ਵੀ ਤੁਸੀਂ ਦੇਖ ਰਹੇ ਹੋ ਆਪਣੇ ਦੇਸ਼ ਦੇ ਹਾਲਾਤ ਵੀ ਤੁਸੀਂ ਦੇਖ ਰਹੇ ਹੋ ਅਤੇ ਜਿਸ ਤਰ੍ਹਾਂ ਆਪਣੇ ਤੁਸੀਂ ਦੇਖ ਰਹੇ ਹੋ ਕਿ ਗਲੋਬਲ ਵਾਰਮਿੰਗ ਦਾ ਅਸਰ ਹੋ ਰਿਹਾ ਤਾਂ ਜਿਹੜੀਆਂ ਇੱਧਰਲੇ ਦੂਸਰੇ ਕੰਟਰੀ ਜਿਨ੍ਹਾਂ ਅਸੀਂ ਜਾ ਰਹੇ ਹਾਂ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਹੈਗੇ ਆ ਕਲਾਈਮੇਟ ਚੇਂਜ ਦੇ ਕਾਰਨ ਜਿਹੜਾ ਸੀ ਲੈਵਲ ਹੈ ਉਹ ਉੱਪਰ ਆ ਰਿਹਾ ਔਰ ਕੁਛ ਜੋ ਸ਼ਹਿਰ ਹੈਗੇ ਨੇ ਉੱਧਰਾਂ ਦੇ ਉਹ ਸਮੁੰਦਰ ਵਿੱਚ ਡੁੱਬਣ ਵਾਲੇ ਹੈਗੇ ਨੇ ਤਾਂ ਇਸ ਕਰਕੇ ਜਿਹੜਾ ਹੈਗਾ ਅਸੀਂ ਉੱਧਰ ਚੱਲੇ ਹੈਗੇ ਕੁਝ ਹੋਰ ਵੀ ਸਾਥੀ ਮੌਜੂਦ ਹੈ ਇਸ ਯਾਤਰਾ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕੁਝ ਭਾਅ ਜੀ ਕਿੰਨਾ ਕੁ ਉਤਸਾਹ ਯਾਤਰਾ ਨੂੰ ਪੂਰੀ ਉਤਸਾਹ ਨਾਲ ਜਾ ਰਹੇ ਹਾਂ ਜੀ ਇੰਨਾ ਕੁ ਚਾਹ ਹੈ ਕਿ ਸੰਭਾਲਿਆ ਨਹੀਂ ਜਾ ਰਿਹਾ ਅਸੀਂ 9 ਸਾਥੀ ਚੱਲੇ ਹਾਂ ਪੂਰੇ ਟ੍ਰੇਨਡ ਹੋ ਕੇ ਚੱਲੇ ਹਾਂ ਵੈਲ ਇਕਿਪਡ ਹੋ ਕੇ ਚੱਲੇ ਹਾਂ ਇਵਨ ਅਸੀਂ ਬਾਈਕ ਦੀ ਟ੍ਰੇਨਿੰਗ ਲਈ ਹੈ ਕਿਵੇਂ ਉਹਨੂੰ ਰਿਪੇਅਰ ਕਰਨਾ ਹੈਗਾ ਠੀਕ ਹੈ ਜੀ ਫਸਟ ਏਡ ਦੀ ਟ੍ਰੇਨਿੰਗ ਲੈ ਕੇ ਚੱਲੇ ਹਾਂ ਮੈਡੀਕਲ ਵਗੈਰਾ ਦੀ ਵੀ ਫੈਸਿਲਿਟੀ ਨਾਲ ਤੁਰੇਗੀ ਤੁਹਾਡੇ ਨਹੀਂ ਸਾਡੀ ਆਪਦੀ ਸੈਲਫ ਇੰਡੋਰੈਂਸ ਰਾਈਡ ਹੈ ਸਾਡੀ ਸਾਰੀ ਇਹ ਅਸੀਂ ਖੁਦ ਹੀ ਆਪਦੇ ਆਪ ਨੂੰ ਸੰਭਾਲਣਾ 9 ਜਾਣੇ ਨੇ ਮਿਲ ਕੇ ਜੀ ਬਾਈਕ ਦੇਖ ਰਹੇ ਹਾਂ ਅਸੀਂ ਬੜੇ ਇੰਪੋਰਟੈਂਟ ਟਾਈਪ ਦੇ ਨੇ ਕਿਹੜੇ ਕਿਹੜੇ ਬਾਈਕ ਲਏ ਇਹ ਸਾਡੇ ਕੋਲ ਰੋਇਲ ਐਨਫੀਲਡ ਅਤੇ ਬਜਾਜ ਦਾ ਅਵੇਂਜਰ ਹੈ ਜੀ ਦੋ ਤਰ੍ਹਾਂ ਦੇ ਬਾਈਕ ਹੈਗੇ ਆ ਅਤੇ ਇਹ ਸੀ ਯਾਤਰਾ ਦੇ ਸਾਰੇ ਮੈਂਬਰ ਤੁਹਾਨੂੰ ਬਾਈਕ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਬੁਲਟ ਬਾਈਕ ਹੈ ਅਵੇਂਜਰ ਜਿਹੜੀ ਨਵੇਂ ਇਹਨਾਂ ਵੱਲੋਂ ਕਢਵਾਏ ਗਏ ਨੇ ਅਤੇ 1.5 ਮਹੀਨੇ ਦੀ ਇਹ ਯਾਤਰਾ ਬਠਿੰਡਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅੱਜ 26 ਜਨਵਰੀ ਤੋਂ ਅਤੇ 1.5 ਮਹੀਨੇ ਬਾਅਦ ਸਿੰਗਾਪੁਰ ਤੋਂ ਵਾਪਸ ਆਏਗੀ ਇੱਕ ਵਾਤਾਵਰਨ ਨੂੰ ਲੈ ਕੇ ਮੈਸੇਜ ਕਨਵੇ ਕੀਤਾ ਜਾ ਰਿਹਾ ਹੈ ਅਤੇ ਵਿਸ਼ੇਸ਼ ਗੱਲ ਇਹ ਹੈ ਕਿ ਅੱਜ ਜਿਹੜੀ ਇਹ ਯਾਤਰਾ ਹੈ ਪੰਜਾਬ ਦੇ ਬਿਜਲੀ ਮੰਤਰੀ ਜੋ ਗੁਰਪ੍ਰੀਤ ਸਿੰਘ ਕਾਂਗੜ ਨੇ ਉਹਨਾਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਜਾ ਰਹੀ ਹੈ ਅਤੇ 550 ਸਾਲਾ ਜੋ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਰੈਲੀ ਬਠਿੰਡਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਕੈਮਰਾਮੈਨ ਰਾਜੇਸ਼ ਕੁਮਾਰ ਦੇ ਨਾਲ ਜਗਨੂ ਸ਼ਰਮਾ ਦੈਨਿਕ ਸਵੇਰਾ ਟੀਵੀ ਬਠਿੰਡਾ